ਲੜ ਕੇ? ਅੱਛਾ, ਇੱਕ 21 ਮਿੰਟ ਲੜਿਆ ਤੇ ਇੱਕ ਮੈਚ ਜਨਾਬ 11 ਮਿੰਟ ਲੜਿਆ। ਬੜੀ ਗੱਲ ਹੈ ਜੀ। ਥੱਲੇ ਦਿੱਬ ਗਿਆ ਤੀਜੇ ਨੰਬਰ ਤੇ। ਤੁਹਾਡਾ ਕੀ ਨਾਂ ਹੈ? ਮਾਮਾ ਸਲੀਮ। ਤੁਹਾਡਾ ਜੀ? ਮਾਮਾ ਸਾਹਿਬ ਵਰਜਾ ਗਿਆ ਜੀ, ਉੱਥੋਂ ਜਾਨਵਰ ਆਇਆ। ਹਾਈਟ ਕਿੰਨੀ ਹੈ ਜੀ ਜਾਨਵਰ ਦੀ? ਕੱਦ ਕਿੰਨਾ? 32 ਜਾਨਵਰ ਹੈ ਜੀ, ਤੇ ਖੂਬਸੂਰਤੀ ਦਾ ਐਂਡ ਹੈ ਜੀ। ਸ਼ਿਕਾਰੀ ਭਰਾਵਾ ਵੇਖੋ, ਤੇ ਕਮੈਂਟਸ ਕਰਨ ਤੋਂ ਬਗੈਰ ਤੁਸੀਂ ਨਹੀਂ ਰਹੋਗੇ ਮੈਨੂੰ ਮੀਤ ਦੇ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਗੈਰ ਨਹੀਂ ਜਾਵੋ। ਵਾਹ ਬਈ ਵਾਹ, ਕਿਹੜੇ ਕੁੱਤਿਆਂ ਚੋਂ ਏ? ਅੰਦਾਜ਼ਾ ਕੋਈ ਯਾਦ ਹੋਵੇ? ਪੱਪੂ ਦਾ ਦੋਤਰਾ, ਪੱਪੂ ਦੇ ਪੋਤਰ ਦਾ ਪੋਤਰੇ। ਵਾਹ, ਇਹ ਗੱਲ ਪੱਪੂ ਬੁਲਾੜ ਲੈਣੇ ਨਾ? ਪੱਪੂ ਬੜਾ ਮਸ਼ਹੂਰ ਕੁੱਤਾ ਹੈ। ਪੱਪੂ ਬੁਲਾੜ ਲੈਣੇ ਜੀ, ਤੇ ਐਂਡ ਜਾਨਵਰ ਦੀ ਖੂਬਸੂਰਤੀ ਹੈ ਜੀ। ਵਾਹ ਬਈ ਵਾਹ, ਕਿਆ ਬਾਤ ਹੈ ਨਜ਼ਾਰਾ! ਵਾਹ ਬਈ ਵਾਹ, ਕਿਉਂ ਜੀ ਸਾਹਿਬ ਐਕਟਿਵ ਜਾਨਵਰ ਨਹੀਂ? ਤੇ ਗੇਮ ਕਿਹੜੀ? ਸਿਰ ਦੀ ਗੇਮ। ਵਾਹ ਬਈ ਵਾਹ, ਗੇਮ ਜਿਹੜੀ ਹੈ ਨਾ ਇਹ ਸਿਰ ਦੀ ਜ਼ਿਆਦਾ ਦੀ ਹੈ। ਤੇ ਟੱਪਣੀਆਂ ਕਿੰਨੀਆਂ ਕਰਾਈਆਂ ਜੇ ਪਹਿਲੇ ਪਹਿਲੇ? ਸਿਰਫ ਦੋ ਵਾਹ ਐਂਡ ਖੂਬਸੂਰਤੀ ਜੀ। ਇੰਡੀਆ ਵਾਲੇ ਭਰਾਵੋ, ਬੋਲੀ ਕੁੱਤਾ ਚੈੱਕ ਕਰੋ। ਵਾਹ ਬਈ ਵਾਹ, ਵਾਹ ਬਈ ਵਾਹ, ਕਮਾਲ! ਇਹ ਤੀਸਰੇ ਨੰਬਰ ਤੇ ਲੱਗਣਾ? ਥੱਲੇ ਦੇ ਦਿੱਤਾ। ਤੇ ਹੁਣ ਕਿਤਵਾਂ ਨੰਬਰ ਅੱਜ ਸ਼ੁਰੂ ਨਹੀਂ ਹੋਇਆ? ਅੱਛਾ ਅੱਛਾ, ਹਾਏ ਹਾਏ ਹਾਏ, ਕਮਾਲ ਹੈ ਵੀ! ਵਾਹ ਬਈ ਵਾਹ, ਸੋਹਣਾ ਜੀ, ਰੱਜ ਕੇ ਸੋਹਣਾ ਜੀ, ਸਾਹਿਬ ਸੋਹਣਾ ਵੀ ਹੈ ਤੇ ਨਸਲ ਜੀ ਪੂਰਾ। ਅੱਛਾ, ਨਹੀਂ ਉਸ ਪਾਸੇ ਦੇ ਕੁੱਤੇ ਹਾਂ, ਚੰਗ ਵਾਲੇ ਕੁੱਤੇ ਵੱਡੇ ਵੀ ਨੇ ਤੇ ਛੋਟੇ ਵੀ ਜਾਣ, ਉਹ ਜਿਹੜੇ ਅਕਵਰੀ ਉਹ ਵੀ ਤੁਹਾਡੇ ਕੋਲ ਹੀ ਨੇ? ਅਕਵਰੀ ਅਕਵਰੀ ਸਾਡੇ ਨਾਲ ਬੈਠਾ, ਹੁਣ ਕੁੱਤਾ ਲਾੜਿਆ ਹੋਇਆ ਡੱਬਾ, 20 ਮਿੰਟ ਬਰਾਬਰ ਹੋਇਆ। ਕੱਲ ਵਾਲਾ ਯਾਰ ਵਾਲਾ ਕੁੱਤਾ ਹਰ ਗਿਆ ਜੀ, 5 ਮਿੰਟਾਂ 5 ਵਾਲਾ ਚੰਗਾ ਕੁੱਤਾ ਸੀ, 4 ਮੈਂ ਵੀ ਡਰ, ਲੇਕਿਨ ਉਹਦੀ ਆਪਣੀ ਮਾਰ ਚੰਗੀ, ਮਾਰ ਖਾਣੀ ਕੋਣੀ। ਬਾਤਾਂ ਨੇ ਇਹ ਉਹ ਜਾਨਵਰ ਇਹ ਲੱਗਦਾ ਜਾਈ ਸਭ ਉਹੀ ਹੈ ਜਿਹੜਾ ਲੜਿਆ ਸੀ ਸ਼ੰਕਰ ਨਾਲ, ਕਾਲੇ ਨੰਬਰ ਦਾ ਸਾਹਿਬ ਵਾਲੇ, ਕਿਹੜੇ ਜਾਨਵਰ ਨਾਲ? ਸਰਦਾਰ ਕੈਸਰ ਸਾਹਿਬ ਵਾਲੇ, ਕਾਲੇ ਕੋਲ ਵਿਨ ਹੋਇਆ ਸੀ ਜੀ ਇਹ ਆਲਾ ਉੱਥੇ। ਹਾਜੀ ਸਾਹਿਬ ਚੱਕ ਆਲਮ ਯਾਦ ਆਇਆ ਜੀ? ਉੱਥੇ ਮੌਜੂਦ ਸਨ ਜੀ ਚੱਕ ਆਲਮ ਜਨਾਬ, ਇਹ ਕਾਲੇ ਨੰਬਰਦਾਰ ਸਾਹਿਬ ਵਾਲਾ ਜਾਨਵਰ ਸੀ ਕਾਲਾ, ਉਹਦਾ ਨਾਮ ਮੈਨੂੰ ਭੁੱਲ ਗਿਆ, ਬੜਾ ਵੇਟ ਵਾਲਾ ਸੀ, ਉਹਦੇ ਕੋਲ ਵਿਨ ਹੋਇਆ ਸੀ ਤੇ ਬੜਾ ਚੰਗਾ ਲੜਿਆ ਸੀ। ਕਿੰਨੇ ਮਿੰਟ ਲੜਿਆ ਸੀ ਉਹਦਾ ਨਾ? 16 ਮਿੰਟ ਲੜ ਕੇ ਗੇਮ ਕੀਤੀ ਸੀ ਜੀ। ਸਾਈਂ ਸ਼ਬੀਰ ਸਾਹਿਬ ਜਬ ਚੰਗਰ ਮੰਡਿਆਲਾ ਖਾਨੇ ਮਾਲ
ਪੀਕੇ ਇਨਸਾਫ ਗਰੁੱਪ ਦੇ ਜਨਾਬ ਸੀਨੀਅਰ ਸ਼ਿਕਾਰੀ, ਸੀਨੀਅਰ ਰੁਕਨ ਜੀ ਉਹਨਾਂ ਦੇ, ਤੇ ਉਹਨਾਂ ਦਾ ਸ਼ੌਕ ਸ਼ਿਕਾਰ ਵੀ ਬਹੁਤ ਅੱਛਾ ਜੀ, ਆ ਜਾਂਦਾ ਉਹਨਾਂ ਦਾ ਸ਼ੌਕ ਸ਼ਿਕਾਰ ਵੀ ਬਹੁਤ ਵਧੀਆ, ਤੇ ਜਾਨਵਰ ਜਨਾਬ ਆਊਟ ਕਲਾਸ, ਇੰਦਰਾ ਨਾਂ ਹੈ ਜੀ। ਕਿਤਨੇ ਮੈਚ ਵਿਨ ਹੋ ਗਏ ਹੁਣ ਤੱਕ? ਦੋ ਮੈਚ ਵਿਨ ਹੋਇਆ ਜੀ, ਇੱਕ ਫਾਲੀਏ ਫੜਿਆ ਜਰਾ, ਇੱਕ ਫਾਲੀਏ ਵਧਿਆ ਸੀ ਮੈਚ, ਤੇ ਦੂਸਰਾ ਮੈਚ ਜਿਹੜਾ ਇੱਕ ਇੰਦਰੇ ਵਾਲਾ, ਦੋ, ਅੱਜ ਤੀਸਰਾ ਮੈਚ ਨਾ, ਅੱਜ ਤੀਸਰਾ ਮੈਚ ਜੀ। ਵਾਹ ਬਈ ਵਾਹ, ਬੜੀ ਆਈਟਨ ਦੀ ਬੱਤੀ ਹੈ ਖੱਦ। ਇਹ ਪਤਾ ਹੈ ਕਿਹੜੀਆਂ ਕੁੱਤੀਆਂ ਚੋਂ ਬਲੱਡ ਲੈਣ ਦਾ ਕੋਈ? ਡਾਕਟਰ ਖਾਦੀ ਸਾਹਿਬ ਵਾਲੇ ਜਨਾਬ, ਡਾਕਟਰ ਖਾਲਸ ਸਾਹਿਬ ਆਪ ਸਮੁੰਦਰੀ, ਉਹਨਾਂ ਦਾ ਸ਼ੀਨਾ ਕੁੱਤਾ ਸੀ ਜੀ, ਉਹਨਾਂ ਦੇ ਸ਼ੀਨਿਆਂ ਚੋਂ ਬਲੱਡ ਰਹੇ, ਅਤੇ ਬੜੀਆਂ ਬਰੀਕੀਆਂ ਨੇ ਜੀ। ਮੈਂ ਕਲੋਜ਼ ਕਰਕੇ ਵੀ ਦਿਖਾਉਣਾ ਜੀ ਕੈਮਰਾ। ਸ਼ਿਕਾਰੀਆਂ ਭਰਾਵਾਂ ਨੂੰ ਜਾਨਵਰ ਪਸੰਦ ਆਵੇ ਕਮੈਂਟ ਜ਼ਰੂਰ ਦਿਆ ਕਰੋ। ਸ਼ਿਕਾਰੀਆਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ, ਬੜੀ ਬੜੀ ਮਿਹਨਤ ਹੁੰਦੀ ਹੈ, ਘੁਲਣਾ ਪੈਂਦਾ ਇਹਨਾਂ ਨਾਲ, ਤਿਆਰੀ ਕਰਾਉਣ ਵਾਸਤੇ ਵੀ, ਅਤੇ ਮੁੱਲ ਲਿਆਉਣਾ ਤਾਂ ਵੀ ਬੜੇ ਮਹਿੰਗੇ ਆਉਂਦੇ ਨੇ। ਅਤੇ ਕੰਜੂਸੀ ਨਾ ਕਰਿਆ ਕਰੋ ਜੀ, ਜਿਹੜੇ ਭਰਾ ਸਾਡੇ ਇੰਡੀਆ 'ਚ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਰਹੇ, ਉਹਨਾਂ ਦੀ ਬੜੀ ਮਿਹਰਬਾਨੀ, ਔਰ ਜਿਹੜੇ ਪਾਕਿਸਤਾਨ 'ਚ ਨੇ ਉਹਨਾਂ ਦੀ ਬੜੀ ਮਿਹਰਬਾਨੀ। ਅਤੇ ਤੁਹਾਡਾ ਕੀ ਨਾਂ ਸਰ? ਸ਼ਕੀਲ ਬਾਈ। ਤੁਹਾਡਾ ਸਰ? ਮੁਹੰਮਦ। ਦੁਬਾਰਾ ਤੁਸੀਂ ਥੋੜੇ ਉਧਰ ਮੈਨੇ ਚਲੋ, ਥੋੜਾ ਦੱਸੋ ਜਰਾ ਕਿਹੜੀ ਜਗ੍ਹਾ ਤੋਂ ਆਇਆ ਜਾਨਵਰ? ਰਾਵਲਾਕੋਟ ਹਜੀਰਾ। ਉੱਥੇ ਨਾਲ ਖਲੋ ਕੁੱਤੇ ਦੇ, ਰਾਵਲਾਕੋਟ ਹਜੀਰੇ ਤੋਂ। ਮਾਲਕ ਦਾ ਕੀ ਨਾਂ ਹੈ? ਸਰਦਾਰ ਰਸ਼ ਜਮਾਲ ਸਾਹਿਬ ਜੀ। ਜਾਨਵਰ ਉਹਨਾਂ ਦਾ ਤੇ ਅੱਜ ਜਨਾਬ ਮੌਜੂਦ ਕਿਹੜੇ ਗਰੁੱਪ ਦੀ ਤਰਫੋਂ? ਨੈਸ਼ਨਲ ਪਟਵਾਰ ਫਰੈਂਡ ਗਰੁੱਪ ਦੀ ਤਰਫੋਂ ਆਇਆ, ਤੇ ਪੈਂਥਰ ਗਰੁੱਪ ਦੀ ਤਰਫੋਂ ਲੜਨਾ, ਤੇ ਰਜਾਨਾ ਖਿਡਾਰੀ ਵਾਲਾ ਜੀ। ਬੜੇ ਕੁੱਤੇ ਲਿਆਂਦੇ ਨੇ, ਜਗ੍ਹਾ ਵੀ ਉਹਨਾਂ ਦਾ ਵਿਨ ਕਰ ਗਿਆ। ਇਹਦਾ ਕੀ ਨਾਂ ਹੈ? ਸ਼ੇਰੂ ਨਾਂ ਹੈ ਜੀ। ਬੜਾ ਅੱਛਾ ਜਾਨਵਰ। ਕਿੰਨੇ ਮੈਚ ਵਿਨ ਹੋਇਆ? ਤਿੰਨ ਮੈਚ ਵੀ ਵਿਨਰ ਹੋਇਆ ਜੀ। ਰਸ਼ ਜਮਾਲ ਸਾਹਿਬ ਨੇ ਜਨਾਬ, ਰਸ਼ ਸਾਹਿਬ ਨਾਲ ਹੋਵੋ ਥੋੜੇ ਜਿਹੇ ਕਰੀ ਅੰਜ ਕੁੱਤੇ ਆਪਣੇ ਦੇ ਇੱਥੇ ਬਸ। ਇਹ ਜੀ ਰਸ਼ ਜਮਾਲ ਸਾਹਿਬ ਜੀ, ਮਾਲਕ ਜਾਨਵਰ ਦੇ। ਅਤੇ ਅੱਜ ਜਨਾਬ ਮੰਡੀ ਬਾਬਲ ਦੇ ਆਪਣਾ ਚੱਕ ਗੁਜਰਾਂ ਮੌਜੂਦ ਜੀ, ਫਾਤ ਗੁਜਰ ਸਾਹਿਬ ਦੇ ਡੇਰੇ 'ਤੇ ਪੈਂਥਰ ਗਰੁੱਪ ਦੀ ਤਰਫੋਂ ਜਾਨਵਰ ਲੜ ਰਿਹਾ ਬਾ ਮੁਕਾਬਲਾ ਸਰਦਾਰ ਇਮਰਾਨ ਸਾਹਿਬ। ਅਤੇ ਕਿਤਵੇਂ ਨੰਬਰ 'ਤੇ ਵੇ? ਅੱਠਵੇਂ, ਅੱਠਵੇਂ ਜਾਂ ਨਾਵੇਂ 'ਤੇ। ਬੜਾ ਅੱਛਾ ਜਾਨਵਰ ਹੈ ਜੀ, ਇੱਕ ਮਿੰਟ। ਬੜਾ ਅੱਛਾ ਜਾਨਵਰ ਹੈ ਜੀ, ਜਾਨਵਰ ਪਸੰਦ ਆਵੇ ਭਰਾਵਾਂ ਨੂੰ, ਅਤੇ ਸ਼ਿਕਾਰੀ ਭਰਾ ਕਮੈਂਟ ਜ਼ਰੂਰ ਦਿਆ ਕਰੋ। ਅਗਰ ਜਾਨਵਰ ਅੱਛਾ ਹੋਵੇ ਤਾਂ ਐਪਰੀਸ਼ੀਏਟ ਕਰਿਆ ਕਰੋ, ਹੌਸਲਾ ਅਫਜ਼ਾਈ ਹੁੰਦੀ ਹੈ ਸ਼ਿਕਾਰੀਆਂ ਭਰਾਵਾਂ ਦੀ। ਅਤੇ ਬੜਾ ਹੀ ਕਮਾਲ ਦਾ ਜਾਨਵਰ ਹੈ, ਜਾਨਵਰ ਤੁਹਾਨੂੰ ਪਸੰਦ ਆਵੇਗਾ। ਜਾਨਵਰ ਪਸੰਦ ਆਵੇ ਕਮੈਂਟਸ ਵੀ ਜ਼ਰੂਰ ਦਿਓ, ਅਤੇ ਚੈਨਲ ਨੂੰ ਵੀ। ਤਿੰਨ ਮੈਚ ਵਿਨਰ ਹੈ ਪਹਿਲੇ, ਤਿੰਨ ਮੈਚ ਆ ਚੌਥੇ, ਅੱਠ ਨੰਬਰ, ਅੱਠਵੇਂ ਨੰਬਰ 'ਤੇ ਜਨਾਬ ਬਣਾਈ ਸੀ, ਉਹ ਲੱਗ ਜਾਏਗੀ। ਉਹ ਫਿਰ ਫਸੇ ਜੁ ਰਹੇ ਹਾਂ ਮੈਚਾਂ 'ਚ, ਉਹ ਵੀ ਲੱਗ ਜਾਏਗੀ, ਇਹ ਵੀ ਲੱਗ ਜਾਏਗੀ। ਇੰਝ ਖੜੇ ਹੋ ਨਾਲ, ਇੱਥੇ ਜਿੱਥੇ ਆਓ ਨਾ, ਉੱਥੇ ਪਰਲੇ ਪਾਸੇ ਆ ਇੱਥੇ। ਜਾਨਵਰ ਇੱਥੇ ਖਲੋਵੇ ਤਾਂ ਤੁਸੀਂ ਨਾਲ ਦੇ ਹੋਏ ਤੁਨੇ। ਵਾਹ ਬਈ ਵਾਹ, ਕਮਾਲ ਹੈ। ਬਤੂਨਾ ਨਾ ਹੀ ਬਤੂਨਾ
ਬਤੂਨਾ ਟੂ, ਕਮਾਲ ਹੈ ਜੀ, ਬਹੁਤ ਖੂਬਸੂਰਤ ਜਾਨਵਰ ਜੀ। ਜਾਨਵਰ ਦੀਆਂ ਬਰੀਕੀਆਂ ਚੈੱਕ ਕਰੋ ਜਨਾਬ। ਤਬਣੀਆਂ ਕਿੰਨੀਆਂ ਕਰਾਈਆਂ ਨੇ? ਅੱਛਾ, 7-8 ਤਬਣੀਆਂ ਹੋਇਆ ਜੀ, ਤੇ ਬਲੱਡ ਲੈਣ ਵੀ ਬਤੂਨਿਆਂ ਦੀ ਹੈ ਨਾ? ਹਾਂ, ਖੂਬਸੂਰਤੀ ਲੈਣ ਦੇ ਜੀ, ਬਤੂਨਾ ਬਲੱਡ ਲੈਣ ਜੀ। ਵਾਹ, ਕਿਆ ਜਾਨਵਰ ਹੈ ਜੀ, ਕੋਈ ਸਾਊ ਸੀ ਲੈ ਆਪਣੇ ਬੰਦਿਆਂ ਵਾਸਤੇ। ਤੁਹਾਡਾ ਕੀ ਨਾਂ ਹੈ? ਸ਼ਕਲੈਨ ਬਾਈ। ਵਾਹ ਵਧੀਆ, ਬੜਾ ਅੱਛਾ ਜਾਨਵਰ ਹੈ ਜੀ। ਨਹੀਂ, ਡਾਨ ਨਾਲ ਤੁਸੀਂ ਕੀਤਾ ਸੀ ਫਿਕਸ? ਇਹਨਾਂ ਦੀ ਖਾਹਿਸ਼ ਸੀ ਉਹਦੇ ਨਾਲ ਜਾਨਵਰ ਸਾਡਾ ਜਿਹੜਾ ਨਾ ਲੱਗੇ। ਖੂਬਸੂਰਤੀ ਦੇਖੋ ਜਾਨਵਰ ਦੀ ਜੀ। ਵਾਹ, ਵਾਹ ਬਈ ਵਾਹ, ਆਊਟ ਕਲਾਸ ਜਾਨਵਰ ਜੀ, ਕਮਾਲ। ਲਓ ਜੀ, ਇਹ ਸਾਡੀ ਛੋਟੀ, ਇਹ ਰਾਜਾ ਵਾਜਦ ਕਯੂਮ ਸਾਹਿਬ ਜਨਾਬ, ਤੇ ਇਹ ਇਹਨਾਂ ਦਾ ਜਾਨਵਰ ਜਨਾਬ, ਬੜਾ ਸੋਹਣਾ ਜਾਨਵਰ ਹੈ ਜੀ। ਤੇ ਇਹ ਜਨਾਬ ਗਰਾਊਂਡ ਵਿੱਚ ਮੰਡੀ ਬਾਬਲਦੀਨ ਮੌਜੂਦ, ਪਾਕ ਐਤਰਾਮ ਖਿਆਲ ਗਰੁੱਪ ਦੀ ਤਰਫੋਂ ਜੀ। ਅਤੇ ਬੜਾ ਅੱਛਾ ਜਾਨਵਰ ਜੀ, ਬੜੇ ਅੱਛੇ ਸ਼ਿਕਾਰੀ ਜੀ, ਪਾਕਿਸਤਾਨ ਦੇ ਫੇਮਸ ਸ਼ਿਕਾਰੀ ਔਰ ਸੀਨੀਅਰ ਸਰਪ੍ਰਸਤੀ ਵਾਲਾ ਜਨਾਬ, ਅੱਜ ਪਾਕ ਐਤਰਾਮ ਖਿਆਲ ਗਰੁੱਪ ਰਾਜਾ ਵਾਜਦ ਕਯੂਮ ਸਾਹਿਬ, ਅਤੇ ਉਹਨਾਂ ਦੇ ਭਾਈਆਂ ਦਾ ਕੀ ਨਾਂ ਜਿਹੜਾ ਵੀ ਬੋਲਿਆ ਜੀ? ਰਾਜਾ ਖਾਬਰ ਕਯੂਮ, ਰਾਜਾ ਤੈਮੂਰ, ਰਾਜਾ ਤੈਮੂਰ ਕਯੂਮ, ਰਾਜਾ ਕਾਮਰਾਨ ਕਯੂਮ, ਰਾਜਾ ਸਾਜਦ ਕਯੂਮ ਜੀ। ਇਹ ਜਨਾਬ ਉਹਨਾਂ ਨਾਂ ਦੱਸ ਛੱਡੇ ਨੇ ਸਾਰੇ, ਮੈਂ ਕਿਹਾ ਮੇਰੇ ਕੋਲ ਕੋਈ ਮਿਸ ਹੋ ਸਕਦਾ ਜੀ। ਰਾਜਾ ਖਬਰ ਸਾਹਿਬ ਭਰਾ ਹੋਏ ਤੁਸੀਂ ਤਾਂ ਫਿਰ ਕੰਮ ਖਰਾਬ ਹੋ ਜਾਂਦਾ। ਬੜਾ ਅੱਛਾ ਗਰੁੱਪ ਜੀ, ਪਾਕ ਐਤਰਾਮ ਖਿਆਲ ਗਰੁੱਪ ਜੀ, ਅਤੇ ਜਾਨਵਰ ਵੀ ਉਹਨਾਂ ਦੇ ਬੜੇ ਟਾਪ ਦੇ ਨੇ ਜੀ, ਐਕਟਿਵ ਜਾਨਵਰ ਹੈ ਜੀ, ਕਿਆ ਬਾਤ ਹੈ। ਇਹ ਕਿਹੜਿਆਂ ਕੁੱਤਿਆਂ ਯੁੱਗ ਪਤਾ ਜੀ? ਹਰੂਨਾਬਾਦ ਤੋਂ, ਬਤੂਨਾ ਬਲੱਡ ਲੈਣ ਹੈ ਜੀ, ਅਤੇ ਇਹ ਹੁਣ ਹੀ ਲਿਆਂਦਾ ਕਿਧਰੇ? ਇਹ ਤਕਰੀਬਨ ਹੋ ਗਿਆ ਇੱਕ ਸਾਲ, ਇੱਕ ਸਾਲ ਹੋ ਗਿਆ, ਮਤਲਬ ਲੜਦਾ ਆਇਆ ਸੀਜ਼ਨ ਪਿਆ ਨਾ? ਇਹ ਸੀਜ਼ਨ ਪਹਿਲਾਂ, 2 ਸਾਲ ਉਮਰ ਹੈ। ਸਹੀ ਹੈ, ਵਾਹ, ਚੰਗਾ, ਤਾਂ ਤਫਤੀਸ਼ ਚੰਗੀ ਲੈਂਦਾ? ਵਾਹ, ਨਹੀਂ ਜਾਨਵਰ ਜਿਹੜਾ ਨਾ ਕਿਸੇ ਪਾਸੇ ਨੂੰ ਸ਼ੱਕ ਨਹੀਂ ਹੈ, ਸੋ ਖੂਬਸੂਰਤੀ ਵੱਲੋਂ ਵੀ, ਨਸਲ ਵੱਲੋਂ ਵੀ, ਅਤੇ ਬਾਕੀ ਫਿਰ ਤੁਸੀਂ ਤਪੜੀਆਂ ਤਾਂ ਵੇਖ ਕੇ ਲਿਆਂਦਾ ਨਾ? ਨਾ, ਤਪੜੀ ਕੋਈ ਨਹੀਂ ਸੀ, ਅਸਾਂ ਆਪੂ ਬਣਾਈ। ਅੱਛਾ, ਪੱਠਾ ਸੀ? ਬਿਲਕੁਲ ਲਵਾ। ਵਾਹ, ਬੜੇ ਸੋਹਣਾ ਜਾਨਵਰ ਜੀ, ਰਾਜਾ ਖਾਬਰ ਕਯੂਮ ਸਾਹਿਬ, ਰਾਜਾ ਵਾਜਦ ਕਯੂਮ ਸਾਹਿਬ ਜਨਾਬ। ਜਾਨਵਰ ਦਾ ਕੀ ਨਾਂ ਦੱਸਿਆ ਜੀ? ਡਿਊਕ। ਡਿਊਕ ਨਾਂ ਬੜਾ ਮੁਸ਼ਕਿਲ ਹੈ ਜੀ, ਊਂ ਇੱਧਰ ਕਰੋ, ਸੋ ਪੈਂਦਾ ਨਹੀਂ ਤੁਹਾਨੂੰ, ਨਾਲ ਫੜ ਕੇ ਖਲੋਵੋ ਨਾ। ਡਿਊਕ ਜਾਨਵਰ ਦਾ ਨਾਂ ਹੈ ਜੀ, ਅਤੇ ਮੈਂ ਤਾਂ ਕਿਹਾ ਫੜਨ, ਲੇਕਿਨ ਇਹ ਗਡਾਰ ਉੱਤੇ ਚੜ੍ਹ ਜਾਂਦਾ, ਇਹ ਜ਼ਰਾ ਆਤਾਂ ਕਰਦਾ। ਹਾਂ, ਬਸ ਖੁਸ਼ ਰਹੇ, ਠੀਕ ਹੈ ਜਾਨਵਰ।
ਖੂਬਸੂਰਤ ਜਾਨਵਰ ਜੀ, ਬਹੁਤ ਅੱਛੇ ਮਾਲਕ ਜੀ।